ਕਰੀ ਮੱਲਾ ਅਗਰ ਕੋ ਮੋਮਨ ਬਿਮਾਰ ਹੈ ਸੇ ਤੇ ਆਜ ਲਓ ਕੰਮ ਲਤਾ ਫਰਮਾ ਬਿਲਖਸੂਸ ਬਾਨੀ ਮਜਲਸ ਬਾਈ ਕਰਾਮਤ ਨੂੰ ਸੇ ਤੇ ਆਜ ਲਓ ਕੰਮ ਲਤਾ ਫਰਮਾ ਬਾਦਸ਼ਾਹ ਅੱਲਾ ਅਗਰ ਕੋ ਬੇਰਾਜ ਰੋਜ਼ਗਾਰ ਹੈ ਕਰੀ ਮੱਲਾ ਅੱਛਾ ਸਾਲਿਆ ਰੋਜ਼ਗਾਰ ਅਤਾ ਫਰਮਾ ਕੋ ਬਰਿਜ ਕਹਿ ਬਾਦਸ਼ਾਹ ਅੱਲਾ ਕਾ ਹੁਸੈਨ ਬਾਦਸ਼ਾਹ ਦੇ ਫਾਕਿਆਂ ਦਾ ਸਦਕਾ ਕਰੀ ਮੱਲਾ ਰਿਜ਼ਕੇ ਹਲਾਲ ਕਸੀਰ ਤਦਾਦ ਅਤਾ ਫਰਮਾ ਰਹਿਮਾਨ ਅੱਲਾ ਕੋ ਮੁਸ਼ਕਲ ਮੁਸੀਬਤ ਜ ਹੈ ਕਰੀਮ ਅੱਲਾ ਹੁਸੈਨ ਬਾਦਸ਼ਾਹ ਦੀਆਂ ਮੁਸੀਬਤਾਂ ਦਾ ਸਦਕਾ ਮੌਲਾ ਮੁਸ਼ਕਲਾਂ ਮੁਸੀਬਤਾਂ ਤੋਂ ਨਜਾਤ ਅਤਾ ਫਰਮਾ ਮੇਰੇ ਸਮੇਤ ਹਰ ਮੋਮਨ ਆਜ਼ਾਦਰ ਨੂੰ ਓਨੀ ਦੇਰ ਮੌਤ ਨਾ ਦੇਵੇਂ ਜਿੰਨੀ ਦੇਰ 5, 12, 14 ਦਾ ਜ਼ਵਾਰ ਨਾ ਬਣ ਜਾਏ ਮੇਰੇ ਅੱਲਾ ਸਾਰੀਆਂ ਦੁਆਵਾਂ ਦੀ ਇੱਕੋ ਹੀ ਦੁਆ ਹੈ ਕਰੀਮ ਅੱਲਾ ਹਕੀਕੀ ਵਾਰਸੇ ਖੂਨੇ ਮਜ਼ਲੂਮੇ ਕਰਬਲਾ ਹੁਜਤ ਖੁਦਾ ਮਸ਼ੀਅਤ ਖੁਦਾ ਅਰਾਦਤੁੱਲਾ ਸਰਕਾਰੇ ਕੈਮੇ ਵਾਲੇ ਮੁਹੰਮਦ ਬਾਦਸ਼ਾਹ ਦੇ ਜ਼ਹੂਰੇ ਤਾਜ਼ੀਲ ਫਰਮਾ ਸਾਨੂੰ ਸਾਰਿਆਂ ਨੂੰ ਸਰਕਾਰੇ ਕੈਮੇ ਵਾਲੇ ਮੁਹੰਮਦ ਦੇ ਨਾਸਰੀ ਨੇ ਸ਼ਹਾਦਤ ਨਸੀਬ ਫਰਮਾ ਵਕਤ ਦੇ ਇਮਾਮ ਦੀ ਕਿਉਂਕਿ ਤੇਰੇ ਮੁਸਤਫਾ ਦਾ ਫਰਮਾਨੇ ਅਲੀ ਸ਼ਾਨ ਹੈ ਜਿਹੜਾ ਬੰਦਾ ਇਮਾਮੇ ਜ਼ਮਾਨਾ ਦੀ ਪਹਿਚਾਣ ਤੋਂ ਬਗੈਰ ਦੁਨੀਆ ਤੋਂ ਚਲਾ ਗਿਆ ਜਹਿਲੀਅਤ ਦੀ ਮੌਤ ਮਰ ਗਿਆ ਬਾਦਸ਼ਾਹ ਜਹਿਲ ਮਰਨਾ ਨਹੀਂ ਚਾਹੁੰਦੇ ਸਾਨੂੰ ਵਕਤ ਦੇ ਬਾਦਸ਼ਾਹ ਦੀ ਮਾਰਫਤ ਨਸੀਬ ਫਰਮਾ ਦੁਆਵਾਂ ਕਬੂਲ ਬਿਹਕੇ ਅਲੀ ਜਨ ਬਤੂਰ ਬਤਸੁਲੇ ਅਲਾ ਮੁਹੰਮਦ ਵਾਲੇ ਮੁਹੰਮਦ ਵਜਲ ਫਰਜਾ ਆਲੇ ਮੁਹੰਮਦ ਖਾਨਦਾਨ ਜ਼ਾਹਰਾ ਤੇ ਬਲੰਦ ਸਲਵਾ ਤਲਾਵਤ ਫਿਰ ਵੀ ਮੋਤਰ ਕਰੋ ਆਪਣੀਆਂ ਜ਼ਬਾਨਾਂ ਨੂੰ ਨਾਲ ਸਲਵਾ ਦੇ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ ਵਜਲ ਫਰਜਾ ਆਲੇ ਮੁਹੰਮਦ ਅਜ਼ੀਜ਼ੋ ਆਬਾਦ ਕਿਸ ਤਰ੍ਹਾਂ ਯੇ ਸਹਨੇ ਫਾਤਮੀ ਹੁਆ ਆਬਾਦ ਕਿਸ ਤਰ੍ਹਾਂ ਯੇ ਸਹਨੇ ਫਾਤਮੀ ਹੁਆ ਨਾ ਜਾਣੇ ਕਿਸ ਕੀ ਲਗੀ ਨਜ਼ਰ ਯੇ ਘਰ ਮਾਤਮੀ ਹੁਆ ਬਸ 2 ਮਿੰਟ ਨੌਕਰੀ ਕਿੱਡੇ ਕਰੀਮ ਨੇ ਇਹਨੂੰ ਮਾਮੂਲੀ ਸਮਝਦੇ ਹੋ ਇਸ ਫੂੜੀ ਨੂੰ ਬੜੀ ਕੀਮਤੀ ਹੈ ਇਹ ਫੂੜੀ ਜਿੱਥੇ ਆ ਕੇ ਬਹਿੰਦੇ ਹੋ ਨਾ ਬੜੀ ਕੀਮਤੀ ਹੈ ਅਲਾਮਾ ਦਰਬੰਦੀ ਨੇ ਇੱਕ ਵਾਕਿਆ ਲਿਖਿਆ ਕਿ ਹਿੰਦੁਸਤਾਨ ਵਿੱਚ ਇੱਕ ਬੀਬੀ ਆਪਣੇ ਘਰ ਵਿੱਚ ਮਗਰੇ ਬਹਿਣ ਦੀ ਨਮਾਜ਼ ਤੋਂ ਬਾਅਦ ਅਸ਼ਰਾਏ ਮੁਹਰਮ ਉਲ ਹਰਾਮ ਕਰਵਾਵੇ ਰਾਤ ਨੂੰ ਚੰਨ ਚੜਿਆ ਦੀਗਰ ਦਾ ਟਾਈਮ ਹੈ ਕਿ ਉਹਦੇ ਦਰਵਾਜ਼ੇ 'ਤੇ ਦੱਕਲ ਬਾਬ ਹੋਇਆ ਬਾਹਰ ਨਿਕਲੀ ਵੇਖਿਆ ਹਜ਼ੀਜ਼ੋ ਇੱਕ ਕਾਲੇ ਬੁਰਕੇ ਵਾਲੀ ਬੀਬੀ ਮੱਥੇ 'ਤੇ ਮੌਤ ਦੀ ਪੱਟੀ ਇੱਕ ਹੱਥ ਉਸ ਬੀਬੀ ਦੀ ਦੀਵਾਰ 'ਤੇ ਇੱਕ ਹੱਥ ਪਾਸੇ 'ਤੇ ਅਤੇ ਉਸ ਮਸਤੂਰ ਵੱਲ ਵੇਖ ਕੇ ਆਦੀ ਹੈ ਬੀਬੀ ਮਜਲਸ ਤੂੰ ਕਰਵਾਉਣੀ ਹੈ ਹਾਜ਼ਰ ਕੁਮਲ ਅੱਲਾ ਹਾਂ ਬੀਬੀ ਮਜਲਸ ਤਾਂ ਮੈਂ ਕਰਵਾਉਣੀ ਹਾਂ ਪਰ ਤੁਸੀਂ ਤਾਂ ਬੜੇ ਟਾਈਮ ਨਾਲ ਆ ਗਏ ਹੋ ਬੀਬੀ ਮਜਲਸ ਤਾਂ ਹੋਣੀ ਮਗਰੇ ਬਹਿਣ ਤੋਂ ਬਾਅਦ ਰੋ ਕੇ ਬੀਬੀ ਫਰਮਾਉਂਦੀ ਮੈਂ ਤੇਰੇ ਕੋਲੋਂ ਪਾਣੀ ਨਹੀਂ ਮੰਗਦੀ ਮੈਂ ਤੇਰੇ ਕੋਲੋਂ ਮਸਨਦ ਨਹੀਂ ਮੰਗਦੀ ਮੈਂ ਤੇਰੇ ਕੋਲੋਂ ਖਾਣਾ ਨਹੀਂ ਮੰਗਦੀ ਆਪਣੇ ਘਰ ਆਉਣ ਦੀ ਇਜਾਜ਼ਤ ਨਹੀਂ ਦਿੰਦੀ ਤੂੰ ਜਾ ਮੋਮਨਾ ਦੇ ਘਰਾਂ 'ਚ ਇਤਲਾਹ ਦੇ ਆ ਮੈਂ ਤੇਰੇ ਘਰ ਦੀ ਮੁਹਾਫਜ਼ਤ ਹਾਂ ਅਜ਼ਰ ਕੁਮਲ ਅੱਲਾ ਅਜ਼ਾਦਰੋ ਆ ਗਈ ਜ਼ਾਕਰਾ ਮੋਮਨਾ ਬੀਬੀਆਂ ਆ ਗਈਆਂ ਮਜਲਸੇ ਹੁਸੈਨ ਬਾਦਸ਼ਾਹ ਸ਼ੁਰੂ ਹੋ ਗਈ ਉਹ ਬੀਬੀ ਇਵੇਂ ਰੋਂਦੀ ਹੈ ਜਿਵੇਂ ਕਿਸੇ 18 ਸਾਲ ਦਾ ਪੁੱਤਰ ਕਿਸੇ ਜ਼ਹੀਫਾ ਮਾਂ ਦਾ ਦੁਨੀਆ ਤੋਂ ਟੁਰ ਜਾਣਾ
ਤੇ ਉਹ ਪੁੱਤਰ ਦੇ ਗਮ 'ਚ ਉੱਚੀਆਂ ਕੂਕਾਂ ਮਾਰ ਮਾਰ ਕੇ ਰੋਂਦੀ ਹੈ। ਅੱਧੀ ਇਹ ਪਹਿਲੀ ਮੁਹਰਮ ਗਈ, ਮੈਂ ਪੁੱਛਿਆ ਬੀਬੀ ਤੁਸੀਂ ਕੱਲ੍ਹ ਆਸੋ? ਕਿ ਹਾਂ ਜ਼ਰੂਰ ਆਸਾਂ। ਦੋ ਮੁਹਰਮ ਨੂੰ ਫਿਰ ਆਏ, ਫਿਰ ਮੈਂ ਜਾਣ ਲੱਗਿਆਂ ਪੁੱਛਿਆ ਬੀਬੀ ਤੁਸੀਂ ਕੱਲ੍ਹ ਆਸੋ? ਹਾਂ ਆਸਾਂ। ਦੋ ਗੁਜ਼ਰੀ, ਆਜ਼ਾਦਾ ਰੋ ਤਿੰਨ ਗੁਜ਼ਰੀ, ਚਾਰ ਗੁਜ਼ਰੀ, ਪੰਜ ਗੁਜ਼ਰੀ, ਛੇ ਗੁਜ਼ਰ ਗਈ, ਅੱਜ ਦਾ ਸੱਤ ਵੀ ਗੁਜ਼ਰ ਗਈ, ਆਜ਼ਾਦਾ ਰੋ ਅੱਠ ਗੁਜ਼ਰ ਗਈ। ਜਦੋਂ ਆ ਗਈ ਨਾ ਨਾਵੀਂ, ਅਤੇ ਨਾਵੀਂ ਨੂੰ ਬੀਬੀ ਆਈ ਨਾ, ਅਤੇ ਮਜਲਸ ਹੋਈ ਖਤਮ। ਅਤੇ ਮੈਂ ਆਪਣੀ ਕੰਮ ਇਲਮੀ ਦੀ ਵਜ੍ਹਾ ਤੋਂ ਪੁੱਛ ਬੈਠੀ ਕਿ ਬੀਬੀ ਤੁਸੀਂ ਕੱਲ੍ਹ ਵੀ ਆਸੋ? ਅਤੇ ਰੋ ਕੇ ਆਦੀ, ਕੱਲ੍ਹ ਮੈਂ ਨਹੀਂ ਆਉਣਾ। ਬੀਬੀ ਦੱਸੋ ਤਾਂ ਸਹੀ, ਤੁਸੀਂ ਕੱਲ੍ਹ ਕਿਉਂ ਨਹੀਂ ਆਉਣਾ? ਅਤੇ ਬੀਬੀ ਆਪਣਾ ਤਾਰਫ ਤਾਂ ਕਰਾਓ, ਤੁਸੀਂ ਕੌਣ ਹੋ? ਰੋ ਕੇ ਬੀਬੀ ਫਰਮਾਉਂਦੇ ਨੇ, ਜਿਸ ਬੇਕਸ ਦੀਆਂ ਮਜਲਸਾਂ ਵਧੀ ਕਰਨੀਆਂ, ਮੈਂ ਹੁਸੈਨ ਦੀ ਮਾਂ ਜ਼ਹਰਾ। ਅਜਰ ਕੁਮਲ ਅੱਲਾ, ਮੈਂ ਉਸ ਗਰੀਬ ਦੀ ਮਾਂ ਜ਼ਹਰਾ। ਉਹ ਮੈਂ ਕਿੱਥੇ ਕਿੱਥੇ ਰੋਵਾਂ, ਮੈਂ ਬਕੀਏ ਰੋਵਾਂ, ਉਹ ਮੈਂ ਕਰਬਲਾ ਰੋਵਾਂ, ਉਹ ਮੈਂ ਬਗਦਾਦ ਰੋਵਾਂ, ਮੈਂ ਸ਼ਾਮ ਰੋਵਾਂ। ਆਜ਼ਾਦਾ ਰੋ, ਮਜਲਿਸ ਨੂੰ ਆਮ ਨਾ ਫਜ਼ਾਇਲ 'ਚ ਬੇਸ਼ੱਕ ਲਾਪਰਵਾਹੀ ਕਰ ਦਿੱਤਾ ਕਰੋ, ਲੇਕਿਨ ਜਦੋਂ ਗੂ ਮਾਲਕਾਂ ਦਾ ਮਦਾ ਖਾਨ ਆਲੇ ਮੁਹੰਮਦ ਦੇ ਮਸਾਇਬ ਪੜਦਾ ਹੋਵੇ ਨਾ, ਉਦੋਂ ਲਾਪਰਵਾਹੀ ਨਾ ਕੀਤਾ ਕਰ। ਮਤਾਂ ਤੇਰੇ ਪਾਸੇ ਨਾਲ, ਹੁਸੈਨ ਦਾ 40 ਸਾਲ ਰਾਤ ਰੋਵਣ ਵਾਲਾ ਬਿਮਾਰ ਸਜਾਦ ਬੈਠਾ ਹੋਵੇ, ਤੇ ਤੂੰ ਲਾਪਰਵਾਹੀ ਕਰੇ, ਤੇ ਤੇਰਾ ਮੋਢਾ ਹਿਲਾ ਕੇ ਆਖੇ ਤੂੰ ਮੇਰੇ ਅਕਬਰ ਨੂੰ ਲਾਹਦਾ ਨਹੀਂ ਡਿੱਠਾ, ਔਰ ਤੂੰ ਮੇਰੇ ਅਸਗਰ ਨੂੰ ਤੀਰ ਲੱਗਦਾ ਨਹੀਂ ਡਿੱਠਾ, ਔਰ ਤੂੰ ਮੇਰੇ ਕਾਸਮ ਦੀ ਲਾਸ਼ ਤੇ ਘੋੜੇ ਭੱਜਦੇ ਨਹੀਂ ਡਿੱਠੇ। ਆਜ਼ਾਦਰਾ ਨੇ ਮਾਮੇ ਮਜ਼ਲੂਮ ਕਰਬਲਾ, ਇਹਨਾਂ ਹੰਝਵਾਂ ਦਾ ਪਤਾ ਲੱਗੇਗਾ ਕਬਰ 'ਚ ਕਿ ਇਹਨਾਂ ਦੀ ਕੀਮਤ ਕਿਆ ਹੈ, ਜਿਹੜੇ ਗਰੀਬ ਦੇ ਗਮ 'ਚ ਬਹਾਂਦੇ ਹੋ। ਸਲਵਾਤ ਪੜੋ ਮੁਹੰਮਦ ਵਾਲੇ ਮੁਹੰਮਦ ਦੀ ਜ਼ਾਤ। ਬਸ ਇੱਕ ਫਜ਼ੀਲਤ ਦੀ ਸਤਰ, ਅਤੇ ਮੇਰੇ ਤੋਂ ਫੌਰਨ ਬਾਅਦ ਜ਼ਾਕਰੇ ਵਾਲੇ ਬੈਤ ਕਾਰੀ ਅਲ ਕੁਸੈਦ ਬਹਿਰੁਲ ਮਸੈਦ ਬਾਬਾ ਸੈਯਦ ਸੰਗਤ ਅਬਾਸ ਬੁਖਾਰੀ ਔਫ ਸਾਜਾਵਾਲ ਜ਼ਿਕਰੇ ਮੁਹੰਮਦ ਓ ਆਲੇ ਮੁਹੰਮਦ ਬਿਆਨ ਫਰਮੇਸ਼ਨ ਹਜ਼ਰਤ ਅਲਾਮ ਬਿਆਨ ਫਰਮੇਸ਼ਨ ਔਰ ਉਹਨਾਂ ਦੇ ਫੌਰਨ ਬਾਅਦ ਬਾਬਾ ਸੈਯਦ ਵਕੀਲੇ ਆਲੇ ਅਬਾ ਵਕੀਲੇ ਵਲੈਤੇ ਅਮੀਰ ਅਲ ਮੋਮਿਨੀਨ ਬਾਬਾ ਸੈਯਦ ਮੁਰਤਜ਼ਾ ਅਸਦ ਬੁਖਾਰੀ ਔਫ ਤ੍ਰਿਡੇ ਵਾਲੀ ਜ਼ਿਕਰੇ ਮੁਹੰਮਦ ਓ ਆਲੇ ਮੁਹੰਮਦ ਬਿਆਨ ਫਰਮੇਸ਼ਨ ਨਾਰਾਏ ਤਕਬੀਰ ਨਾਰਾਏ ਰਿਸਾਲਤ ਨਾਰਾਏ ਹੈਦਰੀ ਆਲੀ ਹੁਸੈਨੀਅਤ ਯਜ਼ੀਦੀਅਤ ਅਹਿਲ ਬੈਤ ਦੇ ਹਰ ਦੁਸ਼ਮਣ ਤੇ ਲਾਨਤ ਜਨਾਬ ਸਜਦਾ ਦੇ ਦੁਸ਼ਮਣਾਂ ਤੇ ਲਾਨਤ ਦਰੂਦ ਮੁਹੰਮਦ ਵਾਲੇ ਮੁਹੰਮਦ ਤੇ ਵਾਜਬ ਸਮਝ ਕੇ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲੇ ਮੁਹੰਮਦ ਆਊਜ਼ ਬਿੱਲਾਹਿ ਸਮੀਉਲ ਅਲੀਮ ਮਿਨਸ਼ੈਤਾਨਿਰ ਰਜੀਮ ਬਿਸਮਿਲਲਾਹਿਰ ਰਹਿਮਾਨਿਰ ਰਹੀਮ ਤਮਾਮ ਤਾਰੀਫਾਂ ਉਸ ਰਹਿਮਾਨ ਵਾਸਤੇ ਜਿਹਨੂੰ 5, 12, 14 ਸਜਦੇ 'ਚ ਸਰ ਰੱਖ ਕੇ ਆਦੇ ਨੇ ਅੱਲਾ ਤੂੰ ਹੈ ਦਰੂਦ ਸਲਾਮ ਅੱਲਾ ਦੇ ਮੁਸਤਫਾ ਮੁਰਤਜ਼ਾ ਮੁਸ਼ਤਬਾ ਬੰਦਿਆਂ 'ਤੇ ਜਿਨ੍ਹਾਂ ਨਾਲ ਮਨਸੂਬ ਹੋ ਕੇ ਦਰੂਦ ਨੇ ਇੰਨੀ ਫਜ਼ੀਲਤ ਔਰ ਬੁਲੰਦੀ ਪਾਈ ਕਿ ਵੋ ਲਾ ਸ਼ਰੀਕ ਹੋ ਕਰ ਵੀ ਦਰੂਦ ਭੇਜਣੇ ਲੱਗਾ ਔਰ ਲਾਨਤ ਉਹ ਸ਼ਜਰੇ ਮਲਾਉਣਾ ਪਰ ਉਤਨੀ ਮਰਤਬਾ ਜਿਤਨੇ ਅਦਾਦ ਓ ਸ਼ਮਾਰ ਅੱਲਾ ਕੀ ਨਜ਼ਰ ਮੇ ਹੈ ਜੋ ਲਾਨਤ ਕੇ ਲੀਏ ਖਲਕ ਹੋਏ ਔਰ ਲਾਨਤ ਉਨਕੇ ਲੀਏ ਖਲਕ ਹੋਈ ਅੰਮਾ ਬਾਤ ਮੌਲਾ ਦੇ ਨੌਕਰ ਨੂੰ ਹੋਣਾ ਕਿਸਾ ਚਾਹੀਦਾ ਜੀ ਅਲੀ ਅਮੀ ਹਾਂ ਆਰ ਸੈਯਦ ਸੰਗਤ ਅਬਾਸ ਬੁਖਾਰੀ ਮੇਰੇ ਤੋਂ ਬਾਅਦ ਫੌਰਨ
ਜ਼ਿਕਰੇ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮੇਸ਼ਨ ਔਰ ਮੈਂਬਰ ਦੇ ਤੇ ਸ਼ਰੀਫ ਲੈ ਆਵਾਂ। ਅਮੀਰੇ ਸ਼ਾਮ 35 ਹਿਜਰੀ ਜੀ ਪੈਂਤੀ ਹਿਜਰੀ ਅਮੀਰੇ ਸ਼ਾਮ ਅਤੇ ਬਾਦਸ਼ਾਹ ਅਲੀ 35 ਹਿਜਰੀ 'ਚ ਜ਼ਹਿਰਨ ਮੌਲਾ ਨੂੰ ਖਿਲਾਫਤ ਮਿਲੀ ਅਤੇ ਅਮੀਰੇ ਸ਼ਾਮ ਰੋਜ਼ ਬਾਦਸ਼ਾਹ ਅਲੀ ਨੂੰ ਖਤ ਲਿਖੇ ਅਤੇ ਬਾਦਸ਼ਾਹ ਰੋਜ਼ ਖਤ ਦਾ ਜਵਾਬ ਲਿਖਣ। ਇੱਕ ਦਿਨ ਅਮੀਰ ਬੈਠੇ ਨੇ ਅਤੇ ਬਾਦਸ਼ਾਹ ਦਾ ਇੱਕ ਨੌਕਰ ਤਾਰੀਖ ਨੇ ਜਿਹਦਾ ਨਾਂ ਲਿਖਿਆ ਤਰਹਮਾ ਬਿਨ ਅੱਦੀ ਬਿਨ ਹਾਤਮ ਏ ਤਾਈ, ਯਾਨੀ ਕਿ ਹਾਤਮ ਤਾਈ ਨੂੰ ਤਾਂ ਹਰ ਬੰਦਾ ਜਾਣਦਾ ਨਾ ਕਿ ਬੜਾ ਸਖੀ ਸੀ, ਉਹਦਾ ਪੋਤਰਾ ਤਰਹਮਾ ਆ ਕੇ ਬਾਦਸ਼ਾਹ ਅਮੀਰ ਦੇ ਕਦਮਾਂ 'ਤੇ ਹੱਥ ਰੱਖਿਆ ਅਤੇ ਮੌਲਾ ਫਰਮਾਇਆ ਤਰਹਮਾ ਜੀ ਮੌਲਾ ਅੱਜ ਮੇਰਾ ਇੱਕ ਕੰਮ ਕਰੇਗਾ, ਬਾਦਸ਼ਾਹ ਹੁਕਮ ਕਰ। ਸਰਕਾਰ ਫਰਮਾਇਆ ਯਾਰ ਇਹ ਮੈਨੂੰ ਰੋਜ਼ ਖਤ ਲਿਖਦਾ ਅਤੇ ਮੈਂ ਰੋਜ਼ ਇਹਦਾ ਜਵਾਬ ਦਿੰਦਾ ਅਤੇ ਅੱਜ ਮੇਰਾ ਕੰਮ ਇਹ ਕਰਕੇ ਖਤ ਬਿਸਮਿਲਾ ਸਹੀ ਆਜ਼ਾਦਾ ਮੇਰੇ ਖਤ ਦਾ ਜਵਾਬ ਲੈ ਕੇ ਸ਼ਾਮ 'ਤੇ ਜਾ, ਕਦਮਾਂ 'ਤੇ ਹੱਥ ਲਾ ਕੇ ਨਾ ਜਨਾਬੇ ਤਰਹਮਾ ਸ਼ਾਹ ਜੀ, ਤਰਹਮਾ ਬਾਦਸ਼ਾਹ ਅਮੀਰ ਦੇ ਕਦਮਾਂ 'ਤੇ ਹੱਥ ਰੱਖ ਕੇ ਅਦਬ ਦੇ ਹੱਥ ਬੰਨ ਕੇ ਕਹਿੰਦਾ ਮੌਲਾ ਇੱਕ ਵਾਰੀ ਭੇਜ ਫਿਰ ਖਤ ਨਹੀਂ ਲਿਖਦਾ, ਇੱਕ ਵਾਰੀ ਭੇਜ ਫਿਰ ਖਤ ਨਹੀਂ ਲਿਖਦਾ। ਲਓ ਜੀ ਬਾਦਸ਼ਾਹ ਖਤ ਦਾ ਜਵਾਬ ਸ਼ਾਹ ਜੀ ਲਿਖਿਆ, ਜਨਾਬੇ ਤਰਹਮਾ ਨੇ ਖਤ ਨੂੰ ਚੁੰਮਿਆ, ਅੱਖਾਂ ਨਾਲ ਲਾਇਆ, ਇੰਜ ਕਰਕੇ ਸਿਰ ਤੋਂ ਅਮਾਮਾ ਖੋਲਿਆ, ਇੱਥੇ ਅਮੀਰੇ ਕੈਨਾਤ ਦਾ ਖਤ ਰੱਖਿਆ ਅਤੇ ਅਮਾਮਾ ਸਿਰ 'ਤੇ ਬਣ ਗਿਆ, ਬਾਦਸ਼ਾਹ ਦਾ ਸਲਾਮ ਕੀਤਾ, ਤਰਹਮਾ ਉੱਠ 'ਤੇ ਬਹਿ ਗਿਆ, ਸ਼ਾਮ ਦਾ ਸਫ਼ਰ ਸ਼ੁਰੂ ਕਰ ਦਿੱਤਾ। ਬਿਲਕੁਲ ਸ਼ਾਮ ਦੇ ਬਾਹਰੋਂ ਇਸਨੇ ਹਾਕਮੇ ਸ਼ਾਮ ਨੇ ਫਰੋਨ ਨੇ ਸ਼ਾਮ ਨੇ ਇੱਕ ਬਾਗ ਬਣਾਇਆ ਸੀ ਅਤੇ ਉੱਥੇ ਦੇ ਤਨਖਾਹਦਾਰ ਬੰਦੇ ਬੈਠੇ ਹੋਏ ਸਨ, ਬੰਦੇ ਅੱਖਾਂ ਜਾਂ ਕੁੱਤੇ ਅੱਖਾਂ ਬੈਠੇ ਹੋਏ ਸਨ। ਉਹਨਾਂ ਜਦੋਂ ਵੇਖਿਆ ਜਨਾਬੇ ਤਰਹਮਾ ਜਵਾਨ ਬੜੇ ਸਨ ਸ਼ਾਹ ਜੀ, ਕਿ ਇੰਝ ਸਨ ਕਿ ਸਵਾਰੀ 'ਤੇ ਬੈਠਦੇ ਸੀ ਅਤੇ ਸਰਕਾਰ ਦੇ ਕਦਮ ਜ਼ਮੀਨ ਨਾਲ ਲੱਗਦੇ ਸੀ, ਏਡੇ ਜਵਾਨ। ਔਰ ਦੂਸਰੀ ਗੱਲ ਇਹ ਜੀ ਜਨਾਬੇ ਤਰਹਮਾ ਕਰਬਲਾ ਦੇ ਸ਼ਹੀਦ ਵੀ ਨੇ, ਸਵਾਰੀ ਜਦੋਂ ਇਹਨਾਂ ਵੇਖਿਆ ਨਾ ਬਾਗ 'ਚੋਂ ਦੀਵਾਰ ਤੋਂ ਉਹਨਾਂ ਕਿਹਾ ਉਹ ਵੇ ਬੰਦਾ ਕਿੱਡਾ, ਅਤੇ ਉਹਨਾਂ ਕਿਹਾ ਕੌਣ ਹੈ, ਉਹਨੇ ਕਿਹਾ ਲਈ ਅਮੀਰ ਦਾ ਨੌਕਰ, ਉਹਨੇ ਕਿਹਾ ਬੰਦਾ ਹਜ਼ਰ ਦਿਮਾਗ ਹੈ ਅਤੇ ਛੇਤੀ ਕਰੀਏ ਆਪਦੇ ਬਾਦਸ਼ਾਹ ਨੂੰ ਇਤਲਾਹ ਦੇਈਏ ਕਿ ਬੜਾ ਤੇਜ਼ ਤਰਾਜ਼ ਅਲੀ ਦਾ ਨੌਕਰ ਆ ਰਿਹਾ ਅਤੇ ਕੋਈ ਬੰਦੇ ਬੁੰਦੇ ਸੱਦ ਲੈ ਇਹਦੇ ਜਵਾਬ ਦੇਣ ਵਾਸਤੇ, ਇਹਦਾ ਬੰਦੋਬਸਤ ਕਰ ਲੈ। ਹੁਣ ਬੰਦੇ ਵਿੱਚੋਂ ਦੀ ਹੋਏ ਤਰਮਾ 'ਤੇ ਆਉਣਾ ਸੀ ਨਾ ਫਿਰ ਸਵਾਰੀ 'ਤੇ ਸਨ ਅਤੇ ਉਹ ਪਹਿਲੇ ਪਹੁੰਚ ਗਏ ਅਤੇ ਉਹਨਾਂ ਬਾਦਸ਼ਾਹ ਨੂੰ ਦੱਸਿਆ ਵੀ ਅਲੀ ਦਾ ਇੱਕ ਨੌਕਰ ਆ ਰਿਹਾ ਅਤੇ ਬੜਾ ਹੀ ਤੇਜ਼ ਸੀ ਅਤੇ ਆਪਦਾ ਸੰਭਾਲ ਕੇ ਕੋਈ ਤੇਜ਼ ਤਰਾਜ਼ ਬੰਦੇ ਗੁਫ਼ਤਗੂ ਕਰਨ ਵਾਸਤੇ। ਹੁਣ ਜਨਾਬੇ ਤਰਮਾ ਆਏ ਦਰਬਾਰ ਦੇ ਅੱਗੇ ਨਾ ਬੰਦੇ ਨੇਜ਼ੇ ਲੈ ਕੇ ਸ਼ਾਹ ਜੀ ਤਿੰਜ ਕਰਕੇ ਖੜ੍ਹੇ ਸਨ, ਉਹ ਜਨਾਬੇ ਤਰਮਾ ਨੇ ਸਿੱਧਾ ਉੱਠੀ ਨੇਜ਼ਿਆਂ 'ਚ ਉਹਨਾਂ ਇੰਝ ਕੀਤੇ ਦਰਬਾਰ ਦੇ ਸੈਂਟਰ ਜਨਾਬੇ ਤਰਹਮਾ ਨੇ ਉੱਠ ਬਿਠਾਇਆ ਅਤੇ ਉੱਤੋਂ ਲੱਥੇ ਆਪਣਾ ਨੇਜ਼ਾ ਜ਼ਮੀਨ 'ਚ ਗੱਡਿਆ ਅਤੇ ਉਹਦੇ ਨਾਲ ਆਪਣਾ ਉੱਠ ਬੰਨ ਦਿੱਤਾ, ਆਪਣਾ ਉੱਠ ਬੰਨ ਦਿੱਤਾ। ਫਿਰ ਉਹਨੇ ਸ਼ਾਮ ਵੇਖ ਕਹਿੰਦਾ ਇਸ ਵਾਸਤੇ ਮੈਂ ਅਲੀ ਨਾਲ ਲੜਨਾ, ਮੈਂ ਇਸ ਵਾਸਤੇ ਅਲੀ ਨਾਲ ਲੜਨਾ ਕਿ ਇਹਨੇ ਐਸੇ ਨੌਕਰ ਰੱਖੇ ਹੋਏ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਦਰਬਾਰ ਦਾ ਸਲੀਕਾ ਨਹੀਂ, ਦਰਬਾਰ ਦਾ ਤਰੀਕਾ ਨਹੀਂ। ਅਲੀ ਦੇ ਨੌਕਰ ਦੇ ਚਿਹਰੇ 'ਤੇ ਜਲਾਲ ਆਇਆ, ਉਹਦੀ ਅੱਖ 'ਚ ਅੱਖ ਪਾ ਕੇ ਆਦਾ ਅਤੇ ਕਿਹੜਾ ਤਰੀਕਾ ਚਾਹੀਦਾ, ਉਹਨਾਂ ਕਿਹਾ ਦਰਬਾਰ ਦਾ ਤਰੀਕਾ ਹੈ, ਦਰਬਾਰ ਦੇ ਬਾਹਰ ਕੋਈ ਸਵਾਰੀਆਂ ਦਾ ਬੰਨਣ ਦਾ ਇੰਤਜ਼ਾਮ ਹੈ
ਤੇ ਤੂੰ ਸਵਾਰੀ ਬੰਨਿਆ, ਤੂੰ ਉੱਠ ਲੈ ਕੇ ਦਰਬਾਰ 'ਚ ਆ ਗਿਆ। ਅਲੀ ਦਾ ਨੌਕਰੇ ਦੀ ਅੱਖ 'ਚ ਅੱਖ ਪਾ ਕੇ ਆਉਂਦਾ ਕਿ ਦੋ ਦਿਨ ਪਹਿਲੇ ਤੂੰ ਇੱਕ ਫੈਸਲਾ ਕੀਤਾ, ਮੈਂ ਆਪਣਾ ਉੱਠ ਬਾਹਰ ਬੰਨ ਦਿਆਂ, ਉੱਥੋਂ ਮੇਰਾ ਉੱਠ ਚੋਰੀ ਹੋ ਜਾਏ, ਤੈਨੂੰ ਇਹ ਨਹੀਂ ਪਤਾ ਲੱਗਦਾ ਉੱਠ ਹੈ ਜਾਂ ਊਂਟ ਨਹੀਂ ਹੈ, ਤੈਨੂੰ ਤਾਂ ਇਹ ਨਹੀਂ ਪਤਾ ਲੱਗਦਾ। ਆ ਚਲੋ ਇਹ ਤਾਂ ਠੀਕ ਹੈ ਵੀ ਤੈਨੂੰ ਚੋਰੀ ਦਾ ਡਰ ਹੈ, ਤੂੰ ਦਰਬਾਰ 'ਚ ਲਾਇਆ, ਪਰ ਦਰਬਾਰ ਦਾ ਅਸੂਲ ਹੈ ਬੰਦਾ ਦਰਬਾਰ 'ਚ ਆਵੇ ਅਤੇ ਸਲਾਮ ਕਰੇ। ਤੇ ਤਰਮਾਏ ਦੀ ਅੱਖ 'ਚ ਅੱਖ ਪਾ ਕਹਿੰਦਾ, ਮੈਂ ਸਲਾਮ ਸਿਰਫ ਅਮੀਰ ਅਲ ਮੋਮਿਨੀਨ ਨੂੰ ਕਰਨਾ, ਮੈਂ ਅਲੀ ਦਾ ਨੌਕਰ ਹੋ ਕੇ ਤੇਰੇ ਵਾਸਤੇ ਮੌਤ ਬਣਨ ਆਇਆ, ਤੇਰੇ ਵਾਸਤੇ ਸਲਾਮਤੀ ਮੰਗਲ ਨਹੀਂ, ਮੈਂ ਤੇਰੀ ਮੌਤ ਬਣ ਕੇ ਆਇਆ। ਉਹਨੇ ਕਿਹਾ, ਬੰਦਾ ਬੜਾ ਤੇਜ਼ ਹੈ ਅਤੇ ਜਲਦੀ ਕਰੋ ਜਲਦੀ, ਕਿੱਧਰ ਆਇਆ? ਉਹਨੇ ਕਿਹਾ, ਬਾਦਸ਼ਾਹ ਦਾ ਖੱਤ ਲੈ ਕੇ ਆਇਆ। ਉਹਨੇ ਕਿਹਾ, ਦੇ ਖੱਤ। ਜਨਾਬੇ ਤਰਹਮਾ ਨੇ ਬਿਸਮਿਲਲਾਹ ਰਹਿਮਾਨ ਰਹਿਮ ਪੜਿਆ, ਸਿਰ ਤੋਂ ਇਮਾਮਾ ਖੋਲਿਆ, ਇੱਥੋਂ ਅਮੀਰ ਅਲ ਮੋਮਿਨੀਨ ਬਾਦਸ਼ਾਹ ਦਾ ਖੱਤ ਚਾਇਆ, ਉਹਦਾ ਬੋਸਾ ਲਿਆ, ਖੱਤ ਨੂੰ ਅੱਖਾਂ ਨਾਲ ਲਾਇਆ। ਇੱਕ ਬੰਦਾ ਦਰਬਾਰ 'ਚੋਂ ਬੈਂਡਾ ਆਉਂਦਾ, ਤੂੰ ਖੱਤ ਇੱਥੇ ਰੱਖਦੇ ਨੇ? ਆਉਂਦਾ, ਮੈਨੂੰ ਅਲੀ ਦੀ ਨੋਲੈਣ ਦੀ ਕਸਮ ਹੈ, ਅਗਰ ਤਰਮਾਂ ਦਾ ਹੱਥ ਅਸਮਾਨ 'ਤੇ ਪਹੁੰਚਦਾ ਤਾਂ ਮੈਂ ਅਲੀ ਅਮੀਰ ਦਾ ਖੱਤ ਤੇਰੇ ਸਾਹਮਣੇ ਅਸਮਾਨ ਤੋਂ ਲਾ ਕੇ ਲਿਆਂਦਾ। ਤਰਮਾਂ ਕੋਲ ਸਿਰ ਤੋਂ ਉੱਤੇ ਬੁਲੰਦੀ ਕੋਈ ਨਹੀਂ, ਚੱਲ ਜਲਦੀ ਕਰ ਖੱਤ ਦੇ। ਖੱਤ ਲਿਆ ਜੀ, ਪੜ੍ਹਿਆ ਛੇਤੀ ਨਾਲ, ਜਵਾਬ ਲਿਖ, ਜਵਾਬ ਲਿਖ। ਤਰਮਾਂ ਨੂੰ ਅੱਗੇ ਫੜ, ਚੱਲ। ਜਨਾਬੇ ਤਰਮਾਂ ਨੇ ਹੁਣ ਇਹਦਾ ਖੱਤ ਪੜਿਆ ਜੀ। ਖੱਤ ਦੀ ਪਹਿਲੀ ਸਤਰ 'ਤੇ ਜਨਾਬੇ ਤਰਮਾਂ ਦੀ ਦੀਦ ਪਈ, ਇਹਨੇ ਬਗੈਰਤ ਨੇ ਲਿਖਿਆ ਹੀ ਉਹ ਕੁਝ, ਹਾਂ ਕਿ ਅਲੀ ਮੇਰੇ ਨਾਲ ਲੜਨ ਦੀ ਹਮਾਕਤ ਨਾ ਕਰਨਾ, ਮੇਰੇ ਨਾਲ ਲੜਨ ਦੀ ਹਮਾਕਤ ਨਾ ਕਰਨਾ, ਮੇਰੇ ਕੋਲ ਰਾਈ ਦੇ ਦਾਣਿਆਂ ਦੀ ਤਰ੍ਹਾਂ ਫੌਜ ਹੈ। ਜਨਾਬੇ ਤਰਮਾਂ ਨੇ ਜਦੋਂ ਇਹ ਲਫ਼ਜ਼ ਪੜ੍ਹੇ ਨਾ, ਤੇ ਖੱਤ ਨੂੰ ਪਾੜ ਕੇ ਇਹਦੇ ਸਾਹਮਣੇ ਸੁੱਟ ਕੇ ਅਲੀ ਦਾ ਨੌਕਰੇ ਦੀ ਅੱਖ 'ਚ ਅੱਖ ਪਾ ਕੇ ਆਦਾ, ਜੇ ਤੇਰੇ ਕੋਲ ਰਾਈ ਦੇ ਬਰਾਬਰ ਫੌਜ ਹੈ, ਤੈਨੂੰ ਨਹੀਂ ਪਤਾ ਮੇਰੇ ਬਾਦਸ਼ਾਹ ਕੋਲ ਮਾਲਕ ਏ ਉਸਤਰ ਜੈਸਾ ਸ਼ੁਤਰ ਮੁਰਗ ਹੈ, ਤੇਰੇ ਦਾਣੇ ਚੁਣ ਚੁਣ ਕੇ ਖਾ ਜਾਏਗਾ। ਭਾਜੀ ਹੋ ਗਈ ਨੌਕਰੀ, ਮੈਂਬਰ ਸੈਯਦਜ਼ਾਦੇ ਦੇ ਹਵਾਲੇ ਕਰੀਏ, ਸਲਵਾਤ ਭੇਜੋ ਮੁਹੰਮਦ ਵਾਲੇ ਮੁਹੰਮਦ ਦੀ ਸਾਹਿਬ। ਹੁਣ ਜਨਾਬ ਦੇ ਸਾਹਮਣੇ ਕਾਰੀ ਉਲ ਕਸੈਦ।